ਮੇਰਾ ਨਾਮ ਜਸਮੀਤ ਕੌਰ। ਤੇ ਭਾਈ ਸਾਹਿਬ ਕਦੋਂ ਗਏ ਸੀਗੇ ਘਰੋਂ? ਉਹ ਤੇ ਸਵੇਰ ਪੌਣੇ 6 ਗਏ ਨੇ। ਅੱਛਾ, ਤੇ ਕੀ ਕਹਿੰਦੇ ਗਏ ਘਰੋਂ? ਕੁਝ ਨਹੀਂ, ਆਉਂਦੇ ਪ੍ਰੋਗਰਾਮ ਹੈ ਉੱਥੇ, ਬਰਸੀ ਹੈ ਤੇ ਮੈਂ ਉੱਥੇ ਚੱਲਿਆ। ਕਿਹਦੀ ਬਰਸੀ ਜੀ? ਪਤਾ ਨਹੀਂ ਜੀ, ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸਪੀਕੀ ਹੁਣ ਬਰਸੀ ਨਹੀਂ। ਅੰਮ੍ਰਿਤਸਰ ਗਏ ਗੋਲੀ ਚਲਾਈ ਗਈ। ਜੇਲ ਚ ਅੰਮ੍ਰਿਤਸਰ ਵੀ ਰਹੇ ਨੇ, ਗੁਰਦਾਸਪੁਰ ਵੀ ਰਹੇ ਨੇ, ਲੁਧਿਆਣੇ ਵੱਲ ਵੀ ਰਹੇ ਨੇ, ਚੰਡੀਗੜ੍ਹ। ਹਾਂ, ਮੈਂ ਸਬ ਇੰਸਪੈਕਟਰ ਕੈਲਾਸ਼ ਚੰਦਰ ਜੀ, ਥਾਣਾ ਡੇਰਾ ਭਵਨ। ਅੱਜ ਜਿਹੜਾ ਇੰਸੀਡੈਂਟ ਦਰਬਾਰ ਸਾਹਿਬ ਹੋਇਆ, ਸਾਬਕਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਬੀਰ ਸਿੰਘ ਬਾਦਲ ਜੀ, ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ, ਉਸ ਦੇ ਸੰਬੰਧ ਵਿੱਚ ਆਪਾਂ ਨਰੈਣ ਸਿੰਘ ਚੌੜੇ ਦੇ ਘਰ ਦੇ ਬਾਹਰ ਆਏ ਹਾਂ। ਠੀਕ ਆ, ਫਿਲਹਾਲ ਇਹ ਘਰ ਦੇ ਮੈਂਬਰ ਕੋਈ ਨਹੀਂ ਇੱਥੇ ਹੈਗਾ, ਫਿਰ ਹਾਂ ਉਹਨਾਂ ਦੇ ਮਾਤਾ ਜੀ ਹੈ ਨਹੀਂ ਹੈ। ਠੀਕ ਆ ਜੀ, ਠੀਕ ਆ ਜੀ, ਹਾਂ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ। ਠੀਕ ਆ ਜੀ, ਹਾਂ ਅਜੇ ਕੋਈ ਕਲੀਅਰ ਨਹੀਂ ਹੈਗਾ। ਹਾਂਜੀ ਹਾਂ, ਕੁਛ ਲਵਾਂਗੇ ਆਪਾਂ, ਇਹ ਸਾਡੀ ਸੀਕ੍ਰੇਸੀ ਦਾ ਸਾਡਾ ਹੈਗਾ, ਤਫਤੀਸ਼ ਦਾ ਵਿਸ਼ਾ ਸਾਡਾ। ਠੀਕ ਆ ਜੀ, ਬਾਕੀ ਬਾਅਦ 'ਚ। ਮੈਂ ਏ.ਐੱਸ. ਜਸਵੀਰ ਸਿੰਘ, ਨੰਬਰ 1343, ਅੰਮ੍ਰਿਤਸਰ ਸਿਟੀ ਵੱਲੋਂ ਜੀ। ਮੈਂ ਸਾਹਿਬ ਦੇ ਨਾਲ ਡਿਊਟੀ ਕਰਦਾ ਸੀ ਜੀ, ਅਤੇ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ, ਇੱਦਾਂ ਦੀ ਕੋਈ ਵੀ ਜਿਹੜੇ ਗਲਤ ਅਨਸਰ ਨੇ ਕੁਛ ਹੋ ਸਕਦਾ, ਅਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੈਦੀ 'ਚ ਖੜ੍ਹੇ ਸੀ ਜੀ ਇੱਥੇ, ਦਰਬਾਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ। ਇੱਥੇ ਕਿਸੇ ਤਲਾਸ਼ੀ ਨਹੀਂ ਲੈ ਸਕਦੇ ਜੀ, ਕਿਸੇ ਨੂੰ ਰੋਕ ਨਹੀਂ ਸਕਦੇ ਜੀ, ਅਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ, ਮੈਂ ਮਸਤੈਦੀ 'ਚ ਖੜ੍ਹਾ ਸੀ ਜੀ, ਅਤੇ ਉਹ ਦੇਖ ਕੇ ਜਦੋਂ ਕੱਢਣ ਲੱਗਿਆ, ਅਤੇ ਉਹਨੂੰ ਅਸੀਂ ਸਾਰਿਆਂ ਨੇ ਰਾਉਂਡ ਅਪ ਕਰਕੇ ਉਹਦਾ ਪਿਸਟਲ ਵੀ ਖੋਲਿਆ, ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ।